दयाल पुरख मेरे प्रभु दाते, हाँ दयाल पुरख मेरे प्रभु दाते, दयाल पुरख मेरे प्रभु दाते, हजना वो दिन तुम जाते, जिस हजना दिन तुम जाते, जिस हजना सेवक की अरदास प्यारे, जपो सेवक की अरदास प्यारे, जप जीवा प्रभु चरण तुम्हारे, वाहेगुरु जी जप जीवा तुम्हारे, जप जीवा प्रभु चरण 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 तुम्हारे, जप जीवा चरण तुम्हारे, सेवक की अरदास प्यारे, प्यारे सेवक की अरदास प्यारे। इत्युत देखो ओट तुम्हारी, इत्युत देखो ओट तुम्हारी, इत्युत देखो ओट तुम्हारी, इत्युत अरदास प्यारे।
चरण तुम्हारे। जब दीवा तब चरण तुम्हारे, जब जीवा प्रभ चरण तुम्हारे, जब जीवा प्रभ चरण तुम्हारे। सेवक की अरदास प्यार प्यारे, सेवक की अरदास प्यारे। मोह निर्गुण गुण किछु ना जाता, मोह निर्गुण गुण किछु ना जाता, मोह निर्गुण गुण की चुना जाता ना जाता। जिन गुणवंती मेरा प्रीतम पाया, जिन गुणवंती मेरा, जिन गुणवंती मेरा प्रीतम पाया, जिन गुणवंती मेरा नानक साधु देख मा।
मन राता नानक साधु मन राता नानक साधु हाँ देख मन राता नानक साधु देख मन राता सेवक की अरदास प्यार प्यारे सेवक की अरदास प्यारे जप जीवा प्रभ चरण तुम्हारे 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 चरण तुम्हारे जप जीवा प्रभु चरण तुम्हारे सेवक की अरदास प्यारे सेवक की अरदास प्यारे अरदास प्यारे प्यारे हो जदों महाराजा रणजीत सिंह ने अरदास कीती धन गुरु अर्जन देव पातशाह जी दे चरणा दा ध्यान धर के निमाणा बन के सेवक बन के अरदास कीती खे धन गुरु अर्जन पातशाह खुंखार खूनी हाथी सब नू लताड़दा होया तेरे बच्चे वल दौड़दा आ रहा कह दे वाहिगुरु वाहिगुरु जदों निमाणा ते नताणा बन के महाराजा रणजीत सिंह ने अरदास कीती गरीब नवाज इस वेले तेरे बिना होर कोई नहीं जेड़ा आके मेरी जान बचा सके गुरु अर्जन पातशाह बौड़ कृपा कर मेर कर बख्शिश कर अपने बच्चे दी जान बचा कह दो वाहिगुरु जदों प्यारे निमाणे बन के महाराजा रणजीत सिंह ने एक दे अगे अरदास कीती ते वेखो गुरु अर्जन देव जी ने पैज किवें रखी है हैं जी इधरों अरदास होई उधरों ओही खुंखार हाथी जेड़ा सब नू अपने पैरां थले लताड़दा होया आ रहा
ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪਾਲਕੀ ਦੇ ਸਾਹਮਣੇ ਆਇਆ ਤੇ ਉਸੇ ਹਾਥੀ ਨੇ ਪਾਲਕੀ ਦੇ ਅੱਗੇ ਮੱਥਾ ਟੇਕ ਕੇ ਪਿਆਰਿਓ ਆਪਣਾ ਸੀਸ ਝੁਕਾਇਆ। ਕਹਿ ਦਿਓ ਵਾਹਿਗੁਰੂ, ਆਪਣਾ ਸੀਸ ਝੁਕਾਇਆ। ਔਰ ਨਿਰੀ ਇਹ ਗੱਲ ਨਹੀਂ, ਕੱਲਾ ਪਾਲਕੀ ਨੂੰ ਮੱਥਾ ਨਹੀਂ ਟੇਕਿਆ, ਪਾਲਕੀ ਨੂੰ ਸੀਸ ਨਹੀਂ ਝੁਕਾਇਆ, ਬਲਕਿ ਪਾਲਕੀ ਦੀ ਪਰਿਕਰਮਾ ਕੀਤੀ ਤੇ ਪਰਿਕਰਮਾ ਕਰਕੇ ਜਿਹੜੇ ਰਸਤੇ ਥਾਣੇ ਆਇਆ ਉਸੇ ਰਸਤੇ ਵਾਪਸ ਮੁੜ ਗਿਆ। ਕਹਿੰਦੇ ਵਾਹਿਗੁਰੂ। ਹੁਣ ਇੱਕ ਆਮ ਬੰਦਾ ਤੇ ਇਹ ਕਹੇਗਾ ਕਿ ਹਾਥੀ ਨੇ ਮੱਥਾ ਪਾਲਕੀ ਨੂੰ ਟੇਕਿਆ, ਹਾਥੀ ਨੇ ਪਰਿਕਰਮਾ ਪਾਲਕੀ ਦੀ ਕੀਤੀ, ਪਰ ਜਿਹੜੇ ਪਿਆਰ ਵਾਲੇ ਸੱਜਣ ਨੇ, ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਨੇ, ਜਿਹੜੇ ਪਿਆਰੇ ਉਹ ਗੁਰਮੁਖ ਜਨਮੇ, ਉਹ ਕਹਿਣਗੇ ਧਿਆਨ ਨਾਲ ਵੇਖੋ ਭਾਈ, ਹਾਥੀ ਨੇ ਪਾਲਕੀ ਨੂੰ ਮੱਥਾ ਨਹੀਂ ਟੇਕਿਆ, ਹਾਥੀ ਨੇ ਪਾਲਕੀ ਦੀ ਪਰਿਕਰਮਾ ਨਹੀਂ ਕੀਤੀ। ਉਹ ਮਹਾਰਾਜਾ ਰਣਜੀਤ ਸਿੰਘ ਨੇ ਪੰਚਮ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ, ਉਹ ਪਾਲਕੀ ਦੇ ਅੱਗੇ ਤੇ ਉਹ ਆ ਗਿਆ, ਪਿਆਰੇ ਉਹ ਹਾਥੀ ਨੇ ਮੱਥਾ ਪੰਚਮ ਪਾਤਸ਼ਾਹ ਨੂੰ ਟੇਕਿਆ। ਕਹਿੰਦੇ ਵਾਹਿਗੁਰੂ। ਉਹ ਪਰਿਕਰਮਾ ਤੇ ਗੁਰੂ ਅਰਜਨ ਦੇਵ ਜੀ ਦੀ ਕੀਤੀ ਹੈ। ਦੇਖੋ, ਲੱਖ 84 ਮੇਦਨੀ ਸਭ ਸੇਵ ਕਰਨ ਦਾ, ਬਸ ਉਹ ਕਿਤੇ ਵੱਲ ਹੋਵੇ ਸਹੀ, ਉਹ ਨਾਲ ਹੋਵੇ ਸਹੀ, ਫਿਰ ਜਾਂ ਤੂੰ ਮੇਰੇ ਵੱਲ ਖੈ ਤਾਂ ਕਿਆ ਮੋਸ਼ਨ ਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਮੇਰਾ ਬੰਦਾ। ਲਖਮੀ ਤੋਟ ਨਾ ਆਵਈ ਖਾਏ ਖਰਚ ਰਖੰਦਾ, ਲੱਖ 84 ਮੇਦਨੀ ਸਭ ਇਹ ਜਿੰਨੇ ਪ੍ਰੇਮੀ ਬੈਠੇ ਹੋ ਸਮਝਿਓ ਪਿਆਰਿਓ, ਆ ਜੇ ਇੱਕ ਦੇ ਅੱਗੇ ਅਰਦਾਸ ਕਰਨ ਦਾ ਮਹੱਤਮ। ਜਦੋਂ ਸਿੱਖ ਢਹਿ ਕੇ ਨਿਮਾਣਾ ਨਿਤਾਣਾ ਬਣ ਕੇ ਇੱਕ ਦੇ ਅੱਗੇ ਜੋਦੜੀ ਪਾਉਂਦਾ ਤੇ ਉਹ ਫਿਰ ਹਰ ਜਗ੍ਹਾ ਤੇ ਪਹਿਜ ਰੱਖਦਾ। ਇਹ ਪੰਜਵੀਂ ਜੁਗਤੀ ਅਰਦਾਸ ਦੀ ਕਿ ਸਿੱਖ ਦੀ ਅਰਦਾਸ ਇੱਕ ਦੇ ਅੱਗੇ ਹੋਵੇ। ਉਹਨਾਂ ਜੁਗਤੀਆਂ ਤੇ ਹੋਰ ਵੀ ਬਥੇਰੀਆਂ ਨੇ, ਪਰ ਸਮੇਂ ਦੀ ਹੁਣ ਸਮਾਪਤੀ ਹੈ। ਅੰਤ ਵਿੱਚ ਇੱਕੋ ਇੱਕ ਬੇਨਤੀ ਹੈ ਸਤਸੰਗੀਓ, ਇਹ ਜਿਹੜਾ ਉਪਰਾਲਾ ਗੁਰੂ ਜੀ ਦੀ ਕਿਰਪਾ ਨਾਲ ਮੇਰੇ ਮੁਰਸ਼ਦ ਭਾਈ ਸਾਹਿਬ ਗੁਰ ਇਕਬਾਲ ਸਿੰਘ ਦੀਆਂ ਸੀਸਾਂ ਨਾਲ 350 ਸਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਲਹਿਰ ਦਾ ਥਾਂ ਥਾਂ 'ਤੇ ਕੀਤਾ ਜਾ ਰਿਹਾ, ਉਸੇ ਨੂੰ ਸਮਰਪਿਤ ਅੱਜ ਦਾ ਕੀਰਤਨ ਹੈ। ਇਹਦਾ ਇੱਕੋ ਇੱਕ ਮਕਸਦ ਹੈ, ਜਿਹੜਾ ਅਰਦਾਸ ਦੀਆਂ ਜੁਗਤੀਆਂ ਸੁਣੀਆਂ ਜੇ, ਇਹਦਾ ਇੱਕੋ ਇੱਕ ਮਕਸਦ ਹੈ ਕਿ ਅਸੀਂ ਥਾਂ ਥਾਂ ਦੀਆਂ ਜਿਹੜੀਆਂ ਝੂਠੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਉਹਨਾਂ ਤੋਂ ਪਰਹੇਜ ਕਰੀਏ। ਕਹਿੰਦੇ ਵਾਹਿਗੁਰੂ। ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੁਣਿਓ, ਪਰ ਮਨ ਤੇ ਉਦੋਂ ਰੋਂਦਾ ਜਦੋਂ ਕੋਈ ਸਿੱਖ ਹੋ ਕੇ ਵੀ ਇਹਨਾਂ ਦੇ ਮਗਰ ਲੱਗਦਾ, ਪਰ ਉਦੋਂ ਮਨ ਜ਼ਿਆਦਾ ਪਰੇਸ਼ਾਨ ਹੁੰਦਾ। ਨਹੀਂ ਭਾਈ, ਕੋਈ ਵੱਡਾ ਹੋਏਗਾ, ਆਪਣੇ ਘਰ ਹੋਏਗਾ, ਉਹਨੂੰ ਦੂਰੋਂ ਮੱਥਾ ਟੇਕਦਿਆ ਕਰੋ, ਪਰ ਸਾਡੇ ਲਈ ਵੱਡਾ ਕੌਣ ਹੈ? ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਜਿਨ ਗੱਲ ਰਾਖੀ ਮੇਰੀ। ਅੱਜ ਕਈ ਕੱਚੇ ਪਿੱਲਿਆਂ ਦੇ ਮਗਰ ਜਾਂਦੇ, ਕਦੀ ਕਿਤੇ ਜਾਂਦੇ, ਕਈ ਕਬਰਾਂ ਨੂੰ ਪੂਜਣ ਲੱਗ ਪਏ। ਮੈਂ ਤਾਂ ਹੈਰਾਨ ਹੁੰਦਾ, ਪੀਰਾਂ ਦੀ ਪੂਜਾ ਸ਼ੁਰੂ, ਇਹ ਸੱਚਾਈ ਹੈ। ਅੱਜ ਇਹਨਾਂ ਦੀਆਂ ਫੋਟੋਆਂ ਕਿਤੇ ਵੇਖੋ, ਜਿਹੜਾ ਜੀਂਦਿਆਂ ਜੀ ਸ਼ਰਾਬੀ ਅੱਜ ਮਰਨ ਤੋਂ ਬਾਅਦ ਪੀਰ ਬਣ ਗਿਆ। ਕਹਿੰਦੇ ਵਾਹਿਗੁਰੂ। ਜੀਂਦਿਆਂ ਜੀ ਅਸੀਂ ਜਿਸ ਦੇ ਕੋਲ ਆਪਣੀ ਧੀ ਭੈਣ ਨੂੰ ਖੜਾ ਨਹੀਂ ਕਰ ਸਕਦੇ, ਅੱਜ ਮਰਨ ਤੋਂ ਬਾਅਦ ਪਿਆਰੇ ਉਹਨਾਂ ਦੇ ਬੂਹਿਆਂ 'ਤੇ ਆਪਣੀਆਂ ਧੀਆਂ ਭੈਣਾਂ ਨੂੰ ਲਿਜਾਂਦੇ ਹਾਂ, ਉਹਨਾਂ ਦੇ ਅੱਗੇ ਜਾ ਕੇ ਝੁੱਕਦੇ ਹਾਂ। ਕੋਈ ਸਿੱਖ ਹੋਵੇ ਇਹੋ ਜਿਹਾ ਕੰਮ ਕਰੇ ਤੇ ਫਿਰ ਪਿਆਰਿਓ ਇਹ ਸ਼ਰਮਨਾਕ, ਇਹਦੇ ਤੋਂ ਵੱਡੀ ਗੱਲ ਹੋਰ ਕੋਈ ਨਹੀਂ। ਕਹਿ ਦਿਓ ਵਾਹਿਗੁਰੂ। ਤੇ ਜਿਹੜੇ ਕਈ ਕਬਨਾਂ ਨੂੰ ਮੜੀਆਂ ਮਸਾਣੀਆਂ ਨੂੰ ਪੂਜਦੇ ਹੋ, ਤੁਹਾਡੇ ਅੰਦਰ ਇੱਕ ਵਿਲ ਪਾਵਰ ਆਵੇ, ਉਹ ਚੀਜ਼ ਨੂੰ ਛੱਡ ਕੇ ਗੁਰੂ ਦੇ ਬਣ ਜਾਓ। ਇਹ ਗੱਲ ਕਹਿ ਕੇ ਮੈਂ ਫਤਿਹ ਬੁਲਾਉਣ ਲੱਗਾ, ਸੁਣਿਓ। ਇਹ ਜਿੰਨੇ ਵੀ ਪਿਆਰਿਓ ਪੀਰ ਫਕੀਰ ਨੇ, ਦੱਸੋ ਇਹਨਾਂ ਦਾ ਹੈੱਡਕੁਆਟਰ ਕਿਹੜਾ, ਕਿੱਥੇ ਝੁੱਕਦੇ ਨੇ? ਹੈੱਡਕੁਆਟਰ ਮੱਕਾ ਹੀ ਹੈ ਨਾ ਸਭ ਦਾ। ਦੇਖੋ, ਕੋਈ ਮੱਕੇ ਦੀ ਨਰਾਦਰੀ ਨਹੀਂ ਜੀ, ਕੋਈ ਕਿਸੇ ਪੀਰ ਫਕੀਰ ਦੀ ਨਰਾਦਰੀ ਨਹੀਂ, ਗੱਲ ਬਸ ਇੰਨੀ ਹੈ, ਤੁਮੇ ਤੁਮਾਰਾ ਖੂਬ ਹਮੇ ਹਮਾਰਾ ਖੂਬ। ਕਹਿ ਦਿਓ ਵਾਹਿਗੁਰੂ। ਸਾਡੇ ਲਈ ਮੱਕਾ ਗੁਰੂ ਗ੍ਰੰਥ ਸਾਹਿਬ, ਸਾਡੇ ਲਈ ਪਿਆਰਿਓ ਮੱਕਾ ਕੀ ਹੈ? ਧੰਨ ਗੁਰੂ ਨਾਨਕ। ਦੇਖੋ, ਜਿੰਨੇ ਪੀਰ ਫਕੀਰ ਨੇ ਉਹ ਸਾਰੇ ਹੀ ਝੁੱਕਦੇ ਨੇ ਮੱਕੇ ਦੇ ਅੱਗੇ, ਤੇ ਇਹ ਮਾਣ ਵਾਲੀ ਗੱਲ ਨਹੀਂ। ਪੀਰ ਫਕੀਰ ਝੁੱਕਦੇ ਨੇ ਮੱਕੇ ਦੇ ਅੱਗੇ, ਤੇ ਮੱਕਾ ਝੁੱਕਦਾ ਗੁਰੂ ਨਾਨਕ ਜੀ ਦੇ ਅੱਗੇ। ਕਹਿ ਦਿਓ ਵਾਹਿਗੁਰੂ। ਫਿਰ ਦੱਸੋ ਵੱਡਾ ਕੌਣ ਹੈ? ਕੌਣ ਵੱਡਾ? ਕਹਿ ਦਿਓ ਧੰਨ ਗੁਰੂ ਨਾਨਕ। ਫਿਰ ਕਹੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਹ ਅਰਦਾਸ ਦੀਆਂ ਜੁਗਤੀਆਂ ਸੁਣਨ ਦਾ ਵੀ ਤਾਂ ਹੀ ਲਾਭ ਹੈ
प्यारो इन्हां नूं जे अमली जामा पहनावांगे थां थां ते भटकना छड्डीए कदी किसे बूए कदी किसे बूए शरीरां तों ना किसे नूं कुछ मिलिया ना कुछ मिलेगा। प्यारो पक्के गुरु गुरु ग्रंथ साहिब दे बणीए वरना ने कृपा करे बख्शिश करे इतनी कु सेवा प्रवान करना। बड़े प्यार विच जिथों शुरू होए सा पढ़ के पंक्तियां कीर्तन की समाप्ति बेअंत बेअंत शुकराना गुरु ग्रंथ साहिब जी का जिन्हां ने कृपा की साडे सारे गरीबां दे सिर ते हथ रख के सारी सेवा लई। नाल प्यारो विशेष तौर पर संगत का धन्यवाद तुहाडे अंदर जिहड़ा मेरा कलगियां वाला बैठा उहदे चरणां ते मैं नमस्कार करदा। नाल टी सीरीज़ के सारे वीरां दा दर्शन जी होर प्रीतम प्रकाश जी जिन्हें भी ये रिकॉर्डिंग करन वाले जो घर घर दे विच बाणी पहुँचाउंदे ने सतगुरु इन्हां दे सिर ते भी हथ रखे मेहर करे। ये जो कुछ तुसीं सुणिया ये अरदास करो साढ़े सब के हिरदियां च वस जाए और नानक भला करे नानक नाम चढ़दी कला तेरे भाणे सरबत दा भला। आओ पंक्तियां पढ़ो फिर समाप्ति है जी। जी की बिरथा होए सो अरदास कर गज के जी की बिरथा होए सो अपने आ गए
की अरदास रब पास जन की अरदास तू सच्चा वाहे गुरु जी की फतेह।